ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬੋਲੀਫਰਾਈ ਪੰਜਾਬੀ ਸਿੰਗਰ ਕਰਨ ਔਜਲਾ ਦਾ ਗੀਤ ਸ਼ੇਖ ਪਿਛਲੇ ਦਿਨੀ ਰਿਲੀਜ਼ ਹੋਇਆ ਸੀ ਭਾਵੇਂ ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਲੀਕ ਹੋ ਚੁੱਕਾ ਸੀ ਪਰ ਤਾਂ ਵੀ ਇਸ ਗੀਤ ਨੇ ਰਿਲੀਜ਼ ਹੋਣ ਤੋਂ ਬਾਅਦ ਕਾਫੀ ਸਫਲਤਾ ਦੇ ਝੰਡੇ ਗੱਡੇ ਨੇ ਆਡੀਓ ਗੀਤਾਂ ਅਕਸਰ ਪੰਜਾਬੀ ਇੰਡਸਟਰੀ ਦੇ ਵਿੱਚ ਲੀਕ ਹੁੰਦੇ ਰਹਿੰਦੇ ਨੇ ਪਰ ਇਹ ਪਹਿਲਾ ਪੰਜਾਬੀ ਗੀਤ ਸੀ ਜਿਸਦਾ ਵੀਡੀਓ ਵੀ ਇੰਟਰਨੈਟ 'ਤੇ ਲੀਕ ਹੋ ਗਿਆ ਸੀ ਪਰ ਫਿਰ ਵੀ ਜਦੋਂ ਇਸਦਾ ਓਰੀਜਨਲ ਵੀਡੀਓ ਰਿਲੀਜ਼ ਹੋਇਆ ਤਾਂ ਲੋਕਾਂ ਨੇ ਉਸਨੂੰ ਮਣਾ ਮੂਹੀ ਪਿਆਰ ਦਿੱਤਾ ਹੁਣ ਕਰਨ ਔਜਲੇ ਦੇ ਇਸ ਗੀਤ ਦੇ ਚਰਚੇ ਇੰਡੀਆ ਦੇ ਨੰਬਰ 1 ਨਿਊਜ਼ ਚੈਨਲ ਆਜ ਤੱਕ ਤੱਕ ਹੋ ਚੁੱਕੇ ਨੇ ਆਜ ਤੱਕ ਚੈਨਲ 'ਤੇ ਵੀ ਕਰਨ ਔਜਲਾ ਦੇ ਗੀਤ ਸ਼ੇਖ ਦੀ ਝਲਕ ਦਿਖਾਈ ਗਈ ਜਿਸ ਨੂੰ ਕਰਨ ਔਜਲਾ ਨੇ ਆਪਣੇ ਸਨੈਪਚੈਟ 'ਤੇ ਸ਼ੇਅਰ ਕੀਤਾ ਹੈ ਨਾਲ ਹੀ ਉਹਨਾਂ ਨੇ ਆਜ ਤੱਕ ਚੈਨਲ ਦਾ ਇਹ ਵੀਡੀਓ ਸ਼ੇਅਰ ਕਰਨ ਦੇ ਲਈ ਥੈਂਕ ਯੂ ਵੀ ਕੀਤਾ ਇਸ ਤੋਂ ਇਲਾਵਾ ਕਰਨ ਔਜਲਾ ਨੇ ਆਪਣੇ ਸਾਰੇ ਫੈਨਸ ਨੂੰ ਸਨੈਪਚੈਟ 'ਤੇ ਥੈਂਕ ਯੂ ਵੀ ਕਿਹਾ ਕਿਉਂਕਿ ਇਹ ਗੀਤ ਪਹਿਲਾਂ ਰਿਲੀਜ਼ ਹੋ ਚੁੱਕਾ ਸੀ ਅਤੇ ਇਸ ਨੂੰ 8 ਤੋਂ 10 ਮਿਲੀਅਨ ਵਿਊ ਆਲਰੇਡੀ ਆ ਚੁੱਕੇ ਸੀ ਪਰ ਫਿਰ ਵੀ ਗੀਤ ਦੀ ਓਫੀਸ਼ੀਅਲ ਵੀਡੀਓ ਅਤੇ ਆਡੀਓ ਨੂੰ ਇੰਨਾ ਪਿਆਰ ਕਰਨ ਦੇ ਲਈ ਕਰਨ ਔਜਲਾ ਨੇ ਆਪਣੇ ਸਾਰੇ ਫੈਨਸ ਨੂੰ ਤਹਿ ਦਿਲ ਤੋਂ ਸ਼ੁਕਰੀਆ ਕਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਥੈਂਕ ਯੂ ਕਰਨਾ ਚਾਹੁੰਦਾ ਮਿਹਰਬਾਨੀ ਹੈ ਤੁਹਾਡੇ ਸਾਰਿਆਂ ਦੀ ਤੁਸੀਂ ਸ਼ੇਖ ਗਾਣਾ ਲੀਕ ਹੋਣ ਦੇ ਬਾਵਜੂਦ ਵੀ ਹਾਲਾਂਕਿ ਵੀਡੀਓ ਵੀ ਲੀਕ ਹੋ ਗਈ ਸੀਗੀ ਤਾਂ ਵੀ 2 ਦਿਨਾਂ ਦੇ ਵਿੱਚ 6 ਮਿਲੀਅਨ ਪਲੱਸ ਵੀ ਹੋ ਗਏ ਨੇ ਜਿਨ੍ਹਾਂ ਜਿਨ੍ਹਾਂ ਨੇ ਸ਼ੇਅਰ ਕੀਤਾ ਥੈਂਕ ਯੂ ਸੋ ਮੱਚ ਜਿਨ੍ਹਾਂ ਜਿਨ੍ਹਾਂ ਨੇ ਪਿਆਰ ਦਿੱਤਾ ਮਿਹਰਬਾਨੀ ਬਾਕੀ ਗਾਣਾ ਜਦੋਂ ਲੀਕ ਹੋਇਆ ਸੀਗਾ 1-2 ਚੈਨਲਸ ਦੇ ਉੱਤੇ ਅਨਅਫੀਸ਼ੀਅਲ ਜਿਹੜੇ ਚੈਨਲ ਸੀਗੇ 8 ਮਿਲੀਅਨ ਪਲੱਸ ਆਡੀਓ ਜਾ ਚੁੱਕੀ ਸੀਗੀ ਸੋ ਤੁਸੀਂ ਸੁਣ ਲਿਆ ਸੀ ਸਾਰਿਆਂ ਨੇ ਤੁਹਾਨੂੰ ਵਧੀਆ ਲੱਗਿਆ ਗਾਣਾ ਤਾਂ ਹੀ ਤੁਸੀਂ ਦੁਬਾਰਾ ਸਾਰਿਆਂ ਨੇ ਵੀਡੀਓ ਦੇਖੀ ਥੈਂਕ ਯੂ ਸੋ ਮੱਚ ਅਗਲੇ ਗਾਣੇ ਰੈਡੀ ਨੇ ਪੜਾਕੇ ਆ ਰਹੇ ਨੇ ਤਗੜੇ ਪੜਾਕੇ ਆ ਰਹੇ ਨੇ ਤਗੜੇ ਤਗੜੇ ਬਾਕੀ ਤੁਸੀਂ ਵੀ ਦੱਸਿਓ ਵੀ ਕਿੱਦਾਂ ਦਾ ਗਾਣਾ ਕਰਨਾ ਚਾਹੀਦਾ ਅਗਲਾ ਬਾਕੀ ਗਾਣੇ ਤਾਂ ਰੈਡੀ ਨੇ ਸਾਰੇ ਤਰ੍ਹਾਂ ਦੇ ਇੱਦਾਂ ਹੀ ਆਉਂਦੇ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਲੀਕ ਕਰਨ ਦੇ ਇਲਜ਼ਾਮ ਕਰਨ ਔਜਲਾ ਦੇ ਬਹੁਤ ਹੀ ਕਰੀਬੀ ਦੋਸਤ ਅਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ 'ਤੇ ਲਗਾਏ ਜਾ ਰਹੇ ਸਨ ਦੀਪ ਜੰਡੂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਆਪਣਾ ਕਲੈਰੀਫਿਕੇਸ਼ਨ ਦਿੱਤਾ ਸੀ ਕਿ ਉਹਨਾਂ ਨੇ ਅੱਜ ਤੱਕ ਨਾ ਕੋਈ ਗੀਤ ਲੀਕ ਕੀਤਾ ਹੈ ਅਤੇ ਨਾ ਹੀ ਇਹ ਸ਼ੇਖ ਗੀਤ ਨੂੰ ਲੀਕ ਕਰਨ ਦੇ ਪਿੱਛੇ ਉਹਨਾਂ ਦਾ ਹੱਥ ਹੈ